ਮੇਰਾ ਨਾਮ ਪੁਸ਼ਪਿੰਦਰ ਕੌਰ ਆ ਔਰ ਮੈਂ 40 ਈਅਰ ਓਲਡ ਹਾਂ। ਮੈਂ ਜਦੋਂ ਸਰਜਰੀ ਕਰਵਾਉਣੀ ਸੀ ਉਦੋਂ ਮੇਰਾ ਵੇਟ ਹੈਗਾ ਸੀ 130, ਹੁਣ ਮੇਰਾ ਵੇਟ ਹੈਗਾ ਆ 115। ਹੁਣ ਜਦੋਂ ਮੇਰਾ ਸਰਜਰੀ ਹੋਈ ਆ ਮੈਨੂੰ ਕਾਫੀ ਜ਼ਿਆਦਾ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਤੋਂ, ਖਾਸ ਕਰਕੇ ਮੇਰਾ ਅਥਰੈਟਸ ਜਿਹੜਾ ਆ ਪਹਿਲਾਂ 80 ਸੀ ਹੁਣ 46 ਆ ਗਿਆ ਆ, ਉਹ ਤੋਂ ਮੈਨੂੰ ਜ਼ਿਆਦਾ ਹੋ ਗਿਆ ਆ, ਹੁਣ ਮੈਨੂੰ ਪੇਨ ਨਹੀਂ ਹੈਗੀ ਆ ਕੋਈ ਵੀ। ਇਹ ਮੈਨੂੰ ਪ੍ਰੋਬਲਮ ਆ ਰਹੀ ਸੀ ਕਿ ਬੇਬੀ ਕੰਸੀਵ ਨਹੀਂ ਕਰ ਪਾ ਰਹੀ ਸੀ। ਹੁਣ ਮੈਂ ਆਪਣੇ ਡਾਕਟਰ ਨੂੰ ਚੈੱਕ ਕਰਵਾਇਆ ਸੀ, ਉਹ ਕਹਿੰਦੇ ਸਾਰਾ ਕੁਝ ਠੀਕ ਆ, ਤੁਸੀਂ ਕੰਸੀਵ ਕਰ ਸਕਦੇ ਹੋ। ਮੇਰਾ 1.5 ਮਹੀਨੇ ਦੇ ਵਿੱਚ 15 ਕਿਲੋ ਭਾਰ ਘੱਟ ਗਿਆ ਆ, ਕਿ ਮੈਨੂੰ ਤੁਰਨ ਫਿਰਨ 'ਚ ਜਿਹੜਾ ਆ ਉਹ ਸਹੀ ਲੱਗਣ ਦਿਆ ਆ, ਸਾਹ ਨਹੀਂ ਚੜ੍ਹਦਾ ਆ, ਦੈਨ ਮੈਨੂੰ ਉੱਠਣ ਬੈਠਣ 'ਚ ਪ੍ਰੋਬਲਮ ਨਹੀਂ ਹੈਗੀ। ਪਹਿਲਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ, ਮੇਰੇ ਕੋਲ ਉੱਠਿਆ ਨਹੀਂ ਜਾਂਦਾ ਸੀ, ਮੇਰੀ ਬੈਕ ਪੇਨ ਹੁੰਦੀ ਰਹਿੰਦੀ ਸੀ ਹਮੇਸ਼ਾ ਹੀ, ਉਹ ਵਾਲਾ ਕਾਫੀ ਜ਼ਿਆਦਾ ਠੀਕ ਹੋਇਆ ਆ। ਮੇਰਾ ਵੇਟ ਜਿਹੜਾ ਗੇਨ ਹੋਣ ਦਾ ਕਾਰਨ ਸੀ ਕਿ ਮੈਨੂੰ ਅਥਰੈਟਸ ਦੀ ਪ੍ਰੋਬਲਮ ਸੀ, ਉਹ ਮੈਨੂੰ ਮੈਡੀਸਨ ਖਾਣ ਦੇ ਨਾਲ ਮੇਰਾ ਵੇਟ ਜ਼ਿਆਦਾ ਗੇਨ ਹੋ ਗਿਆ। ਮੈਂ 2012 ਤੋਂ ਸ਼ੁਰੂ ਕੀਤੀ ਸੀ ਮੈਡੀਸਨ ਔਰ ਮੈਂ ਲਗਾਤਾਰ ਹੀ ਖਾਂਦੀ ਆ ਰਹੀ ਸੀ। ਮੈਂ ਜਿਮ ਟ੍ਰਾਈ ਕੀਤੀ ਆ, ਮੈਂ ਡਾਇਟ ਬਹੁਤ ਜ਼ਿਆਦਾ ਫੋਲੋ ਕੀਤੀ ਆ, ਮੇਰਾ ਵੇਟ ਘੱਟਦਾ ਸੀ ਫਿਰ ਉੱਥੇ ਆ ਜਾਂਦਾ ਸੀ, ਸਗੋਂ 10 ਕਿਲੋ ਭਾਰ ਵੱਧ ਕੇ ਹੀ ਆਉਂਦਾ ਸੀ, ਘੱਟਦਾ ਨਹੀਂ ਸੀ, ਫਿਰ ਉੱਥੇ ਹੀ ਹੋ ਜਾਂਦਾ। ਚਾਹੇ ਜਿਮ ਚਲੀ ਜਾਂਦੀ ਸੀ, ਚਾਹੇ ਮੈਂ ਡਾਇਟ ਵੀ ਲੈਂਦੀ ਕਰਦੀ ਸੀ ਆਪਣੀ ਪੂਰੀ, ਫਿਰ ਉੱਥੇ ਹੀ ਹੁੰਦਾ ਸੀ। ਡਾਕਟਰ ਅਮੀ ਦਾ ਮੈਨੂੰ ਡਾਕਟਰ ਮਨੀਸ਼ਾ ਨੇ ਰਿਕਮੈਂਡ ਕੀਤਾ ਸੀ, ਡਾਕਟਰ ਨਾਲ ਗੱਲਬਾਤ ਹੋਈ ਸੀ ਮੇਰੀ, ਬਹੁਤ ਵਧੀਆ ਰਿਹਾ ਆ। ਡਾਕਟਰ ਨੇ ਮੈਨੂੰ ਇੰਨਾ ਕੁ ਜ਼ਿਆਦਾ ਹੌਂਸਲਾ ਦਿੱਤਾ ਕਿ ਨਹੀਂ ਕੁਛ ਨਹੀਂ ਹੋਣਾ ਹੈਗਾ, ਸੱਚ ਸੀ। ਜੇ ਸੋਚਿਆ ਜਾਵੇ ਤਾਂ ਸਾਰੇ ਡਰਦੇ ਆ, ਮੈਨੂੰ ਕੋਈ ਡਰ ਨਹੀਂ ਲੱਗਿਆ ਸੀ। ਡਾਕਟਰ ਅਮੀਨ ਨਾਲ ਜਦੋਂ ਗੱਲ ਹੋ ਗਈ ਸੀ ਮੇਰੀ, ਡਾਕਟਰ ਅਮੀਨ ਨੇ ਸਾਰਾ ਕੁਝ ਦੱਸ ਦਿੱਤਾ ਸੀ, ਮੈਨੂੰ ਕੋਈ ਡਰ ਨਹੀਂ ਲੱਗਿਆ। ਜਦੋਂ ਦੀ ਮੈਂ ਸਰਜਰੀ ਕਰਵਾਈ ਆ, ਪਹਿਲਾਂ ਮੇਰਾ ਇੱਦਾਂ ਹੁੰਦਾ ਸੀ ਕਿ ਮੈਨੂੰ ਅਥਰੈਟਸ ਸੀ, ਉਹਦੇ ਕਰਕੇ ਮੈਨੂੰ ਡੇਲੀ ਹੀ ਮੈਡੀਸਨ ਪੇਨ ਕਿਲਰ ਜਿਹੜੀ ਲੈਣੀ ਪੈਂਦੀ ਹੁੰਦੀ ਸੀ, ਹੈ ਨਾ। ਹੁਣ ਜਦੋਂ ਦੀ ਮੈਂ ਸਰਜਰੀ ਕਰਵਾਈ ਆ, ਇੱਕ ਵਾਰੀ ਵੀ ਮੈਡੀਸਨ ਨਹੀਂ ਖਾਧੀ ਹੈਗੀ। ਉਹਦੇ ਨਾਲ ਇੱਕ ਤਾਂ ਮੇਰੀ ਜੋੜਾਂ 'ਚ ਜਿਹੜਾ ਬਾਹਲਾ ਦਰਦ ਹੁੰਦਾ ਸੀ, ਮੇਰੇ ਕੋਲ ਤੁਰਿਆ ਨਹੀਂ ਜਾਂਦਾ ਸੀ, ਮੇਰੇ ਪੈਰ ਦੁਖਦੇ ਸੀ, ਮੇਰੇ ਗੋਡੇ ਦੁਖਦੇ ਸੀ, ਹੈ ਨਾ, ਮੇਰਾ ਬੈਕ ਉਹਦੇ ਨਾਲ ਪੇਨ ਹੁੰਦਾ ਸੀ, ਉਹ ਵਾਲਾ ਠੀਕ ਹੋ ਗਿਆ। ਹੁਣ ਮੈਨੂੰ ਦਵਾਈ ਜਦੋਂ ਦਾ ਸਰਜਰੀ ਹੋਈ ਆ 1.5 ਮਹੀਨੇ ਦੇ ਵਿੱਚ, ਮੈਂ ਕਦੀ ਵੀ ਇੱਕ ਗੋਲੀ ਨਹੀਂ ਪੇਨ ਕਿਲਰ ਦੀ ਖਾਧੀ ਹੈਗੀ। ਕੋਈ ਉਹ ਨਹੀਂ ਹੈਗਾ ਆ ਕਿ ਤੁਸੀਂ ਨਹੀਂ ਖਾ ਸਕਦੇ ਆ, ਸਾਰਾ ਕੁਛ ਡਾਕਟਰ ਰਿਕਮੈਂਡ ਕਰਦੇ ਆ ਵੀ ਹਾਂ ਸਰਜਰੀ ਤੋਂ ਬਾਅਦ, ਉਹ ਕੋਈ ਵੀ ਸਰਜਰੀ ਹੁੰਦੀ ਆ ਉਸ ਤੋਂ ਬਾਅਦ ਤੁਹਾਨੂੰ ਥੋੜ੍ਹਾ ਜਿਹਾ ਪਰਹੇਜ਼ ਕਰਨਾ ਪੈਂਦਾ ਆ, ਹੈ ਨਾ, ਉਸ ਤੋਂ ਬਾਅਦ ਸਾਰਾ ਕੁਛ ਸਹੀ ਹੋ ਜਾਂਦਾ, ਤੁਸੀਂ ਸਭ ਕੁਛ ਖਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਹੁਣ ਮੈਨੂੰ ਜਦੋਂ ਦੀ ਸਰਜਰੀ ਕਰਵਾਈ ਆ, ਮੈਂ ਕੋਈ ਜ਼ਿਆਦਾ ਵਰਕਆਊਟ ਨਹੀਂ ਕਰਨ ਦੀ ਆ, ਜਿਹੜੀ ਨੋਰਮਲੀ ਆ ਵਾਕ ਆ ਉਹੀ ਕਰਦੀ ਹਾਂ। ਉਹਦੇ ਨਾਲ ਹੀ ਮੇਰਾ ਵੇਟ ਜਿਹੜਾ 1.5 ਮਹੀਨੇ ਦੇ ਵਿੱਚ 15 ਕਿਲੋ ਘੱਟ ਗਿਆ ਆ, ਅਤੇ ਉਹਦਾ ਕਾਫੀ ਜ਼ਿਆਦਾ ਫਰਕ ਪਿਆ ਆ। ਕੋਈ ਜ਼ਿਆਦਾ ਹਾਰਡ ਵਰਕ ਨਹੀਂ ਕਰਨਾ ਪੈ ਰਿਹਾ, ਜਾਂ ਮੈਨੂੰ ਡਾਇਟ ਨਹੀਂ ਕਰਨੀ ਪੈ ਰਹੀ ਵੀ, ਜਾਂ ਮੈਨੂੰ ਰੈਗੂਲਰ ਜਿਮ ਜਾਣਾ ਪਵੇ, ਹੈ ਨਾ, ਜਾਂ ਐਕਸਰਸਾਈਜ਼ ਹੀ ਘਰੇ ਕਰਨੀ ਪਏ, ਕੁਛ ਨਹੀਂ ਹੈਗਾ ਆ, ਐਵਰੀਥਿੰਗ ਗੁੱਡ ਆ ਉਹਦੇ ਨਾਲ। ਮੇਰਾ ਡਾਕਟਰ ਅਮਿਨ ਨਾਲ ਗੁੱਡ ਐਕਸਪੀਰੀਅੰਸ ਰਿਹਾ, ਬਹੁਤ ਵਧੀਆ। ਉਹਨਾਂ ਨੇ ਜੋ ਵੀ ਡਾਇਟ ਦਿੱਤੀ ਆ, ਜੋ ਸਰਜਰੀ ਤੋਂ ਲੈ ਕੇ ਹੁਣ ਤੱਕ, ਬਹੁਤ ਵਧੀਆ ਐਕਸਪੀਰੀਅੰਸ ਮੇਰਾ ਜਾ ਰਿਹਾ ਡਾਕਟਰ ਅਮਿਨ ਨਾਲ। ਹੋਸਪਿਟਲ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਟੀਮ ਸਪੋਰਟ ਗਿਆ ਆ ਮੇਰੇ ਵਾਸਤੇ, ਬਹੁਤ ਜ਼ਿਆਦਾ ਵਧੀਆ। ਮੈਨੂੰ ਜਿੱਥੋਂ ਮੈਂ ਆਪਣਾ ਐਕਸਪੀਰੀਅੰਸ ਬੋਲਾਂ, ਮੈਂ ਵੀ ਕੰਸੀਵ ਨਹੀਂ ਕਰ ਪਾ ਰਹੀ ਸੀ, ਮੈਨੂੰ ਵੀ ਜਿਸ ਤਰ੍ਹਾਂ ਬੋਡੀ 'ਚ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਸੀ। ਮੈਂ ਜਿੰਨੇ ਵੀ ਆਣ ਕੇ ਆਪਣੇ ਟੈਸਟ ਕਰਵਾਏ ਸੀ, ਹੈ ਨਾ, ਉਹਦੇ ਵਿੱਚ ਮੈਨੂੰ ਜਿਸ ਤਰ੍ਹਾਂ ਡਾਕਟਰ ਦੂਸਰੇ ਡਾਕਟਰ ਨੂੰ ਦਿਖਾਇਆ, ਉਹ ਕਹਿੰਦੇ ਬਹੁਤ ਜ਼ਿਆਦਾ ਪ੍ਰੋਬਲਮ ਹੈ। ਪਰ ਜਦੋਂ ਦੀ ਮੈਂ ਸਰਜਰੀ ਕਰਵਾਈ ਆ, ਮੈਂ ਡਾਕਟਰ ਨੂੰ ਚੈੱਕ ਕਰਵਾਇਆ ਕਿ ਤੁਹਾਨੂੰ ਹੁਣ ਕੰਸੀਵ 'ਚ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਕੋਈ ਮੈਡੀਸਨ ਨਹੀਂ ਖਾਣੀ ਪੈਣੀ, ਤੁਸੀਂ ਰੈਗੂਲਰ ਈ ਜਿਸ ਤਰ੍ਹਾਂ ਨੈਚੁਰਲੀ ਹੀ ਤੁਹਾਡਾ ਜਿਹੜਾ ਆ ਤੁਸੀਂ ਕਰ ਸਕਦੇ ਹੋ, ਕੰਸੀਵ ਕਰ ਸਕਦੇ ਹੋ, ਹੈ ਨਾ। ਵੀ ਇਹਦੇ ਨਾਲ ਇਹ ਆ ਕਿ
ਮੈਨੂੰ ਮੇਰੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਬੋਲਦੀ ਹਾਂ ਕਿ ਤੁਹਾਨੂੰ ਸਰਜਰੀ ਕਰਵਾ ਲੈਣੀ ਚਾਹੀਦੀ ਹੈ, ਜਿਹੜਾ ਖਾਸ ਕਰਕੇ ਮੋਟਾ ਆ, ਕੰਸੀਵ ਨਹੀਂ ਕਰ ਪਾ ਰਿਹਾ ਜਾਂ ਬਿਮਾਰੀਆਂ ਤੋਂ ਔਖਾ ਆ, ਵੀ ਨਹੀਂ ਹੋ ਰਿਹਾ ਉਹਨਾਂ ਦਾ, ਵੀ ਬਿਮਾਰੀ ਠੀਕ ਨਹੀਂ ਹੋ ਰਹੀ, ਜਿੱਦਾਂ ਮੇਰਾ ਸੀ, ਮੇਰੀ ਅਥਰੈਟਿਸ ਜਿਹੜਾ ਠੀਕ ਨਹੀਂ ਹੋ ਰਿਹਾ ਸੀ, 2012 ਤੋਂ ਚੱਲਦਾ ਹੀ ਆ ਰਿਹਾ ਸੀ, ਰੈਗੂਲਰ ਮੈਡੀਸਨ ਖਾ ਰਹੀ ਸੀ, ਹੈ ਨਾ, ਉਹਦੇ ਕਰਕੇ ਹੁਣ ਜਦੋਂ ਦੀ ਸਰਜਰੀ ਕਰਾਈ ਆ ਮੈਨੂੰ ਕੋਈ ਮੈਡੀਸਨ ਨਹੀਂ ਖਾਣੀ ਪੈ ਰਹੀ, ਮੈਂ ਠੀਕ ਹਾਂ ਉਦੋਂ। ਹਾਂ, ਮੈਂ ਕਹਿੰਦੀ ਹਾਂ ਕਿ ਜਿਹੜਾ ਵੀ ਕਰਵਾਊਗਾ ਖੁਸ਼ ਰਹੂਗਾ, ਗੁੱਡ ਰਹੂਗਾ।